ਤਿੰਨ ਮਹੀਨੇ ਚ ਜੀ, 3 ਮਹੀਨੇ ਹੋਏ ਹਲੇ। ਇਹ ਅਸੀਂ ਗਏ ਸੀ ਉੱਥੇ ਜੀ ਦਿੱਲੀ, ਤੇ ਸਾਨੂੰ ਪਤਾ ਲੱਗਿਆ ਸੀ ਬਈ ਜੇ ਅਸੀਂ ਅਪਰੋਚ ਕਰ ਲਈਏ ਤਾਂ ਆਪਣੀਆਂ ਸੜਕਾਂ ਪਾਸ ਹੋ ਜਾਣਗੀਆਂ। 50 ਕਿਲੋਮੀਟਰ ਦੀਆਂ ਸੜਕਾਂ ਜਿਹਦੇ ਤੇ 53-54 ਕਰੋੜ ਰੁਪਈਆ ਲੱਗਣਾ, ਇੱਥੋਂ ਆਸ ਹੋਈ ਹੈ, ਬਹੁਤ ਖੁਸ਼ੀ ਹੋਈ ਆ ਇਲਾਕੇ ਨੂੰ, ਫਰੀਦਕੋਟ ਨੂੰ ਖਾਸ ਕਰਕੇ, ਕਿਉਂਕਿ MP ਆਇਆ ਜੀ ਨੇ 3 ਮਹੀਨਿਆਂ ਦੇ ਵਿੱਚ ਵਿਕਾਸ ਕਾਰਜ ਸ਼ੁਰੂ ਕਰ ਦਿੱਤੇ ਆ। ਨਮਸਕਾਰ ਜੀ, ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਅਰੀ। 3 ਮਹੀਨੇ ਪਹਿਲਾਂ ਫਰੀਦਕੋਟ ਦੇ ਚੁਣੇ ਗਏ MP ਸਰਬਜੀਤ ਸਿੰਘ ਨੇ 7 ਸੜਕਾਂ ਦਾ ਨੀਂਹ ਪੱਥਰ ਰੱਖ ਕੇ ਤੇ ਇਹਨਾਂ ਨੂੰ ਸ਼ੁਰੂ ਕਰਵਾ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਜਿਹੜਾ ਕੰਮ ਸੱਤਾਧਾਰੀ 2.5 ਸਾਲਾਂ ਵਿੱਚ ਨਹੀਂ ਕਰ ਸਕੇ, ਉਹ ਕਰਨ ਵਾਲਾ ਕੋਈ ਵਿਅਕਤੀ ਹੋਵੇ ਤਾਂ ਇਸ ਤਰ੍ਹਾਂ ਦਿਨਾਂ ਵਿੱਚ ਹੀ ਹੋ ਜਾਂਦਾ ਹੈ। ਫਰੀਦਕੋਟ ਸ਼ਹਿਰ ਵਿੱਚ ਭੋਲੂਵਾਲਾ ਰੋਡ ਦਾ ਨੀਂਹ ਪੱਥਰ ਤਾਂ 15 ਸਾਲਾਂ ਬਾਅਦ ਰੱਖਿਆ ਗਿਆ ਹੈ ਤੇ ਇਸ ਲਈ ਪਹਿਲਾਂ 3 ਸਰਕਾਰਾਂ ਤੇ 4 ਮੁੱਖ ਮੰਤਰੀ ਬਦਲ ਚੁੱਕੇ ਆ, ਪਰ ਹਾਲੇ ਤੱਕ ਇਹ ਨਹੀਂ ਸੀ ਬਣੀ, ਹੁਣ ਬਣਨੀ ਸ਼ੁਰੂ ਹੋ ਗਈ ਹੈ। ਪੰਜਾਬ ਡੇਅਰੀ ਨਾਲ ਗੱਲਬਾਤ ਕਰਦਿਆਂ MP ਸਰਬਜੀਤ ਸਿੰਘ ਤੇ ਉਹਨਾਂ ਦੇ ਸਮਰਥਕ ਦਲੇਰ ਸਿੰਘ ਡੋੜ ਨੇ ਕਿਹਾ ਕਿ ਹਾਲੇ ਤਾਂ ਸ਼ੁਰੂਆਤਾਂ ਨੇ, ਅੱਗੇ ਅੱਗੇ ਦੇਖੋ ਕੀ ਕੰਮ ਹੁੰਦਾ। ਉਹਨਾਂ ਦੱਸਿਆ ਕਿ ਉਹਨਾਂ ਨੂੰ ਪਤਾ ਲੱਗਾ ਸੀ ਕਿ ਪ੍ਰਧਾਨ ਮੰਤਰੀ ਸੜਕ ਯੋਜਨਾ ਵਾਲੀਆਂ ਫਰੀਦਕੋਟ ਦੀਆਂ 7 ਸੜਕਾਂ ਦੇ ਪ੍ਰੋਜੈਕਟ ਪਿਛਲੇ ਕਾਫੀ ਅਰਸੇ ਤੋਂ ਲਟਕੇ ਹੋਏ ਹੈ ਤੇ ਉਹਨਾਂ ਨੇ ਉਸ ਨਾਲ ਸੰਬੰਧਿਤ ਸੰਪਰਕ ਕਰਕੇ ਇਹਨਾਂ ਪ੍ਰੋਜੈਕਟਾਂ ਨੂੰ ਮਨਜ਼ੂਰ ਕਰਵਾਇਆ ਤੇ ਅੱਜ ਉਹਨਾਂ ਦੀ ਸ਼ੁਰੂਆਤ ਕਰ ਦਿੱਤੀ ਹੈ। 3 ਮਹੀਨੇ ਚ ਜੀ, 3 ਮਹੀਨੇ ਹੋਏ ਆ ਹਲੇ। ਇਹ ਅਸੀਂ ਗਏ ਸੀ ਉੱਥੇ ਜੀ ਦਿੱਲੀ, ਤੇ ਸਾਨੂੰ ਪਤਾ ਲੱਗਿਆ ਸੀ ਬਈ ਜੇ ਅਸੀਂ ਅਪਰੋਚ ਕਰ ਲਈਏ ਤਾਂ ਆਪਣੀਆਂ ਸੜਕਾਂ ਪਾਸ ਹੋ ਜਾਣਗੀਆਂ। ਫਿਰ ਅਸੀਂ ਕੀਤੀ ਸੀ ਅਪਰੋਚ ਜੀ, ਤੇ ਉਹਨਾਂ ਨੇ ਰਿਕਮੈਂਡ ਕਰਤੀਆਂ ਜੀ। ਬਸ ਜੀ ਹੁਣ ਕਰਾਵਾਂਗੇ, ਪਹਿਲਾਂ ਵਾਲਿਆਂ ਦਾ ਤਾਂ ਅਸੀਂ ਕੁਛ ਨਹੀਂ ਕਹਿ ਸਕਦੇ, ਹੁਣ ਜੋ ਵੀ ਹੈ ਅਸੀਂ ਤਾਂ ਅੱਗੇ ਦੀ ਗੱਲ ਕਰ ਸਕਦੇ ਹਾਂ ਜੀ। ਹਰੇਕ ਸਾਲ ਕੁਛ ਨਾ ਕੁਛ ਤਾਂ ਕਰਾਵਾਂਗੇ ਜੀ ਆਪਣੇ ਹਲਕੇ ਦੇ ਵਿੱਚ। ਸਾਡੀ ਕੋਈ ਇੰਡਸਟਰੀ ਲਿਆਉਣ ਦਾ, ਇੱਕ ਹੋਸਪਿਟਲ ਮੋਗੇ ਏਰੀਏ ਦੇ ਵਿੱਚ ਤੇ ਇੱਕ ਇੰਡਸਟਰੀ ਲਿਆਉਣ ਦਾ ਮਨ ਹੈ ਬਈ, ਉਹਦੀ ਗੱਲ ਤੋਰਾਂਗੇ, ਦੇਖੋ ਜੇ ਸਰਕਾਰ ਮੰਨੇ। ਬਹੁਤ ਖੁਸ਼ੀ ਦੀ ਗੱਲ ਆ, ਪਹਿਲੇ MP ਆ ਜਿਨ੍ਹਾਂ ਨੇ 3 ਮਹੀਨਿਆਂ ਦੇ ਵਿੱਚ 7 ਪ੍ਰੋਜੈਕਟ ਲਿਆਂਦੇ, 50 ਕਿਲੋਮੀਟਰ ਦੀਆਂ ਸੜਕਾਂ ਜਿਹਦੇ ਤੇ 53-54 ਕਰੋੜ ਰੁਪਈਆ ਲੱਗਣਾ, ਇੱਥੋਂ ਆਸ ਹੋਈ ਹੈ, ਬਹੁਤ ਖੁਸ਼ੀ ਹੋਈ ਆ ਇਲਾਕੇ ਨੂੰ, ਫਰੀਦਕੋਟ ਨੂੰ ਖਾਸ ਕਰਕੇ, ਕਿਉਂਕਿ MP ਆਇਆ ਜੀ ਨੇ 3 ਮਹੀਨਿਆਂ ਦੇ ਵਿੱਚ ਵਿਕਾਸ ਕਾਰਜ ਸ਼ੁਰੂ ਕਰ ਦਿੱਤੇ ਆ। ਬਾਕੀ ਪਾਰਲੀਮੈਂਟ ਦੇ ਵਿੱਚ ਵੀ ਜਿਵੇਂ ਕਿਸਾਨਾਂ ਦਾ ਮੁੱਦਾ, ਦੁਕਾਨਦਾਰਾਂ ਦਾ, ਮਜ਼ਦੂਰਾਂ ਦਾ, ਹਰੇਕ ਵਰਗ ਦਾ ਮੁੱਦਾ, ਹਰੇਕ ਧਰਮ ਦਾ ਮੁੱਦਾ ਅਸੀਂ ਚੱਕਾਂਗੇ, ਹਰੇਕ ਦੀ ਗੱਲ ਕਰਾਂਗੇ। ਇਹ ਤੋਂ ਆਸ ਹੋਇਆ, ਲੋਕਾਂ ਨੂੰ ਬਹੁਤ ਖੁਸ਼ ਹੋਏ ਆ ਲੋਕ, ਕਿਉਂਕਿ ਧੰਨਵਾਦੀ ਦੌਰਾ ਵੀ ਇਹ ਸ਼ੁਰੂ ਕਰਤਾ। ਪਹਿਲਾਂ MP ਬਹੁਤ ਬਣੇ ਆ ਪਰ ਕਿਸੇ ਨੇ ਦੁਬਾਰਾ ਬੋੜੇ ਹੀ ਨਹੀਂਗੇ ਬਹੁਤੇ, ਨਾ ਕੋਈ ਪਿੰਡਾਂ ਦੇ ਵਿੱਚ ਕਿਸੇ ਦਾ ਧੰਨਵਾਦ ਕੀਤਾ, ਤੇ ਇਹਨਾਂ ਨੇ ਦੇਖੋ ਲਗਾਤਾਰ ਧੰਨਵਾਦ, 200 ਪਿੰਡ ਅਸੀਂ ਧੰਨਵਾਦ ਦੀ ਦੌਰਾ ਵੀ ਕਰਤਾ। ਤੇ ਆਉਣ ਵਾਲੇ ਸਮੇਂ ਦੇ ਵਿੱਚ ਫਰੀਦਕੋਟ ਦੇ ਜਿਹੜੇ ਰੇਲਵੇ ਸਟੇਸ਼ਨ ਦੀ ਮੰਗ ਆ, ਇੱਥੇ ਚਾਹੇ ਹੋਰ ਵੀ ਫਰੀਦਕੋਟ ਨਾਲ ਸੰਬੰਧਿਤ ਮੰਗਾਂ, ਚਾਹੇ ਮੈਡੀਕਲ ਦਾ ਬੁਰਾ ਹਾਲ ਆ ਯੂਨੀਵਰਸਿਟੀ ਦਾ, ਉਹਦਾ ਵੀ ਸੁਧਾਰ ਲਈ MP ਸਾਹਿਬ ਨਾਲ ਗੱਲਬਾਤ ਕਰਕੇ ਉੱਥੇ ਵੀ ਜਿਹੜੀ ਘਾਟ ਆ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ। ਤਕਰੀਬਨ ਮੇਰੇ ਹਿਸਾਬ ਨਾਲ ਇਹਨੂੰ ਤਾਂ 15-17 ਸਾਲ ਹੋ ਗਿਆ ਜੀ, ਬਹੁਤ ਬੁਰਾ ਹਾਲ ਸੀਗਾ। ਇਹ ਜਿਹੜੀ ਆਪਣਾ ਫਰੀਦਕੋਟ ਤੋਂ ਬੀੜ ਭੋਲੂਵਾਲਾ, ਭੋਲੂਵਾਲੇ ਤੱਕ ਜਾਣੀ ਆ, ਇਵੇਂ ਰਾਂਝਾ ਵਾਲੇ ਤੋਂ ਇੱਕ ਜਾਣੀ ਆ, ਬੇਗੂ ਵਾਲਾ ਜਾਣੀ ਆ, ਇੱਕ ਦੀਪ ਸਿੰਘ ਵਾਲੇ ਤੋਂ ਕਾਨੇ ਵਾਲੀ, ਸੰਘਰਾਹੂਰ ਤੋਂ ਬਹੁਤ ਇੰਪੋਰਟੈਂਟ ਸੜਕ ਆ ਕਿਉਂਕਿ ਉਹ ਮਧੋੜ ਨੂੰ ਜਾਂਦੀ ਹੈ, ਸੰਘਰਾਹੂਰ ਬੁੱਟਰ ਕਿਲੀ, ਇੱਕ 5 ਗ੍ਰਾਈ ਤੋਂ ਦੇਵੀ ਵਾਲਾ ਸਿਰਸੜੀ, ਇਵੇਂ ਮਿਸ਼ਰੀ ਵਾਲੇ ਤੋਂ ਇੱਕ ਸੜਕ ਕਬਰ ਵੱਛਾ, ਘਮਿਆਰੇ ਵਿੱਚ ਦੀ ਵਾਇਆ ਘਮਿਆਰਾ ਕਬਰ ਵੱਛਾ, ਇੱਕ ਚਹਿਲ ਤੋਂ ਚੱਲਣੀ ਆ ਟੇਣਾ, ਟੇਣੇ ਤੋਂ ਚੱਲ ਕੇ ਆਪਣਾ ਪੱਕਾ, ਪੱਕੇ ਤੋਂ ਮੋਰਾਂ ਵਾਲੀ ਘਮਿਆਰਾ, ਚਲੋ ਵਧੀਆ ਹੋਊਗਾ, ਟ੍ਰੈਫਿਕ ਬਹੁਤ ਵੱਧ ਗਿਆ, ਜ਼ਰੂਰਤ ਸੀ ਇਹਨਾਂ ਸੜਕਾਂ ਦੀ, ਅਤੇ ਇਹਨਾਂ ਵੱਲ MP ਸਾਹਿਬ ਨੂੰ ਅਸੀਂ ਧੰਨਵਾਦ ਕਰਦੇ ਹਾਂ ਫਰੀਦਕੋਟ ਦੇ ਸਾਰੇ ਨਿਵਾਸੀਆਂ ਵੱਲੋਂ।
ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫਾਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫਾਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ। ਸਾਡੀਆਂ ਖਬਰਾਂ, ਸਾਡਾ ਤਰੱਦਦ, ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ, ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰੋ।